ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਲ ਵਰਲਡ ਦੀ ਗੁਰੂ ਰੂਪ ਪਿਆਰੀ ਤੇ ਸਵਾਰੀ ਸਾਧ ਸੰਗਤ ਜੀਓ, ਆਪ ਜੀ ਨੇ ਜੋ 350 ਸਾਲਾ ਗੁਰਮਤਿ ਸਮਾਗਮ ਦਲ ਬਾਬਾ ਵਿਧੀ ਚੰਦ ਜੀ ਸੰਪਰਦਾ, ਗਿਆਨੀ ਠਾਕੁਰ ਸਿੰਘ, ਗਿਆਨੀ ਸੁਖਦੇਵ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨਾਂ ਕੋਲੋਂ ਸਿੰਘ ਸਾਹਿਬ ਗਿਆਨੀ ਚਰਨ ਸਿੰਘ ਜੀ, ਜਿਨ੍ਹਾਂ ਨੇ ਬਹੁਤ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਡਿਊਟੀ ਕੀਤੀ, ਉਹਨਾਂ ਕੋਲ ਕਥਾ ਵਾਰਤਾ ਰਹੀ ਕੱਲ੍ਹ ਦੇ ਸਮੇਂ ਤੋਂ ਨਿਹਾਲ ਹੁੰਦੇ ਆਏ ਹੋ ਅੰਮ੍ਰਿਤ ਰਸਨਾ ਸੰਤ ਬਾਣੀ ਨੈੱਟ ਤੋਂ। ਸੋ ਗੁਰਮੁਖ ਪਿਆਰੇ ਉਦਾਸ ਜੋ ਇਸ ਸਥਾਨ 'ਤੇ ਖਲੋਤਾ ਹੈ, ਇਹ ਅਸਥਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ 1 ਦਸੰਬਰ 1980 ਨੂੰ ਇਸ ਅਸਥਾਨ ਦਾ ਨੀਂਹ ਪੱਥਰ ਰੱਖਿਆ ਸੀ। ਸੱਚਖੰਡ ਵਾਸੀ ਗਿਆਨੀ ਜੋਗਿੰਦਰ ਸਿੰਘ ਜੀ, ਜਿਨ੍ਹਾਂ ਨੇ ਸੰਤਾਂ ਨੂੰ ਬੁਲਾ ਕੇ ਇਹ ਅਸਥਾਨ ਦਾਨ ਕੀਤਾ। ਇਹ ਗੁਰੂ ਅਮਰਦਾਸ ਮਹਾਰਾਜ ਦਾ ਅਸਥਾਨ ਹੈ। ਸੋ ਦਾਸ ਇਹ ਗੱਲ ਚਾਹੁੰਦਾ ਹੈ, ਜਿੰਨੀਆਂ ਦੇਸ਼ ਵਿਦੇਸ਼ ਵਿੱਚ ਸੰਗਤਾਂ ਹਨ, ਸੋ ਗੁਰਮੁਖ ਪਿਆਰੇ ਇਹ ਸਥਾਨ ਕੁਛ ਵਿਵਾਦਾਂ ਵਿੱਚ ਵੀ ਰਿਹਾ, ਕਿਉਂਕਿ ਪਹਿਲਾਂ ਸੋ ਜੋ ਸਿੰਘਾਂ ਦੇ ਉੱਤੇ ਕੇਸ ਬਣਦੇ ਰਹੇ, ਆਪ ਜੀ ਨੂੰ ਪਤਾ ਹੈ ਇਹ ਹਰਿਆਣੇ 'ਚ ਹੋਣ ਕਰਕੇ ਆਬਾਦ ਨਾ ਹੋ ਸਕਿਆ। ਫਿਰ ਇੱਥੇ ਇੱਕ ਹੋਰ ਸਿੰਘ ਲਿਆਂਦਾ, ਉਹ ਭੂਤ ਡੋਰੀਆਂ ਕੱਢਣ ਲੱਗ ਗਿਆ, ਸੋ ਉਹ ਵੀ ਇੱਥੋਂ ਚਾਲੇ ਪਾ ਗਿਆ। ਵਿਵਾਦਾਂ ਵਿੱਚ ਰਹਿਣ ਕਰਕੇ ਸਥਾਨ ਦੀ ਸੇਵਾ ਨਾ ਹੋ ਸਕੀ। ਹੁਣ ਦਾਸ ਇਸ ਸਥਾਨ 'ਤੇ ਸੇਵਾ ਕਰਾ ਰਿਹਾ ਹੈ, ਬੇਨਤੀ ਹੈ ਜਿੰਨੀ ਦੇਸ਼ ਵਿਦੇਸ਼ਾਂ ਵਿੱਚ। ਸੋ ਇਸ ਸਥਾਨ ਨੂੰ ਆਪਾਂ, ਕਿਉਂਕਿ ਇੱਕੋ ਇੱਕ ਨਿਸ਼ਾਨੀ ਹੈ ਸਿੰਘ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ, ਮੈਂ ਜਿੰਨੀ ਮੇਰੀ ਉਮਰ ਬੀਤ ਗਈ ਹੈ, ਮੈਂ ਆਪਣੇ ਉਮਰ ਵਿੱਚ ਉਹਨਾਂ ਦੇ ਹੱਥਾਂ ਦਾ ਕਰ ਕਮਲਾਂ ਦੇ ਨਾਲ ਕੋਈ ਨਿਸ਼ਾਨ ਨਹੀਂ ਲੱਗਾ ਦੇਖਿਆ, ਪਰ ਇਹ ਨਿਸ਼ਾਨ ਮਹਾਂਪੁਰਖਾਂ ਦੇ ਕਰ ਕਮਲਾਂ ਦੇ ਨਾਲ ਲਾਇਆ ਹੈ। ਪਰ ਇਸ ਸਥਾਨ ਦੀ ਸੇਵਾ ਨਹੀਂ ਹੋ ਰਹੀ, ਇੱਥੇ ਸੋਹਣੇ ਮੰਦਰ ਮਹਿਲ ਬਣ ਜਾਣ। ਸੋ ਦੇਸ਼ ਵਿਦੇਸ਼ ਵਿੱਚ ਜਿੰਨੀਆਂ ਸੰਗਤਾਂ ਬੈਠੀਆਂ ਨੇ, ਦਾਸ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇੱਥੇ ਸੰਗਤਾਂ ਨੇ ਸਥਾਨ ਦਾ ਨਾਂ ਰੱਖਿਆ ਵਿਦਿਆਲਿਆ ਗੁਰਬਾਣੀ ਗੁਰਦੁਆਰਾ ਗੁਰੂ ਸਰਨ ਸਾਹਿਬ ਗੁਰੂ ਅਮਰਦਾਸ, ਕਿਉਂਕਿ ਭੇਰੇ ਵਿਖੇ ਗੁਰੂ ਅਮਰਦਾਸ ਮਾਰੇ ਨੂੰ ਦਿਨਾਂ ਦਾ ਕੋਈ ਸਥਾਨ ਨਹੀਂ ਸੀ। ਜਦੋਂ ਸੰਗਤਾਂ ਨੇ ਸਥਾਨ ਦਾ ਨੀਂਹ ਪੱਥਰ ਰੱਖਿਆ ਸੀ, ਇਸ ਕਿਸਾਨ ਸਾਹਿਬ ਦੇ ਥੱਲੇ 2 ਬੁੱਕ ਭਰ ਕੇ ਚਾਂਦੀ ਦੇ ਸਿੱਕਿਆਂ ਦੇ ਪਾਏ ਅਤੇ 6 ਫਾਇਰ ਕੀਤੇ, ਅਤੇ ਇੱਥੇ ਇਹ ਆਖਿਆ ਕਿ ਜਿਹੜਾ ਵੀ ਇੱਥੇ ਦੁਖੀ ਆਏਗਾ, ਜੋ ਵੀ ਤਿਆਗ ਅਰਦਾਸ ਬੇਨਤੀ ਕਰੇ ਮਨਜ਼ੂਰ ਹੋਈ, ਅਤੇ ਸੰਗਤਾਂ ਆਉਂਦੀਆਂ ਵੀ ਨੇ, ਅਰਦਾਸ ਬੇਨਤੀਆਂ ਮਨਜ਼ੂਰ ਵੀ ਹੁੰਦੀਆਂ ਨੇ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਕਿਉਂਕਿ ਤੇਰੀ ਭੂਆ ਤੋਹੇ ਬਣਿਆ ਹੋਇਆ, ਮਹਾਰਾਜ ਦੀ ਭੂਆ ਆਪ ਜਾਣਦੇ ਹਨ। ਸੋ ਗੁਰਮੁਖ ਪਿਆਰੇ ਦਾਸ ਫਿਰ ਜਿੰਨੀਆਂ ਦੇਸ਼ ਵਿਦੇਸ਼ ਵਿੱਚ ਸੰਗਤਾਂ ਹਨ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇਸ ਸਥਾਨ ਦੀ ਆਪਾਂ ਸੇਵਾ ਕਰਾਈਏ। ਸੋ ਦਾਸ ਦਾ ਜੋ ਨੰਬਰ ਹੈ 82 953 86 308, ਜੇ ਦਾਸ ਨਾਲ ਕੋਈ ਸੰਪਰਕ ਕਰਨਾ ਚਾਹੇ ਇਸ ਨੰਬਰ 'ਤੇ ਸੰਪਰਕ ਕਰ ਸਕਦਾ ਹੈ ਕਿ ਇੱਥੇ ਆਪਾਂ ਵਿਦਿਆਲਿਆ ਖੋਲ੍ਹੀਏ, ਇੱਥੇ ਬੱਚੇ ਪੜ੍ਹਿਆ ਕਰਨ, ਸੋ ਗੁਰਮਤਿ ਦੀ ਵਿੱਦਿਆ ਸਿੱਖਣ। ਸੋ ਇੰਨੀ ਹੱਥ ਜੋੜ ਕੇ ਦਾਸ ਦੀ ਬੇਨਤੀ ਹੈ, ਪਤਾ ਨਹੀਂ ਆਸ਼ਵਾਸ ਲਿਆ ਅਗਲਾ ਆਉਣਾ ਕਿ ਨਹੀਂ ਆਉਣਾ, ਦਾਸ ਇਹਨਾਂ ਕੋਲ ਜਾਣਦਾ ਹੈ। ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਸੰਗਤਾਂ ਅੱਗੇ ਕਿ ਆਪਾਂ ਇਸ ਸਥਾਨ ਦੀ ਸੇਵਾ ਸੰਭਾਲ ਕਰੀਏ। ਇਹ ਸੰਤਾਂ ਦੇ ਜੋ ਹੱਥ ਦੀ ਕਰ ਕਮਲਾਂ ਨਾਲ ਜੋ ਇੱਕ ਨਿਸ਼ਾਨੀ ਹੈ ਸਾਡੇ ਕੋਲ ਰਹਿੰਦੀ ਦੁਨੀਆਂ ਤੱਕ ਇਹ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।